ਹੁਣ ਕੋਈ ਸੇਫਟੀ ਲਈ ਨਹੀਂ ਲਾਉਂਦਾ, ਕੋਈ ਸੇਫਟੀ ਲਈ ਨਹੀਂ ਲਾਉਂਦਾ, ਸਭ ਜਨਾਨ ਬਚਾਉਂਦੇ ਨੇ ਪਿਛਲੀ ਚੀਤ ਤੇ ਬਹਿ ਕੇ ਕਈ ਜਾਨ ਗੁਆਉਂਦੇ ਨੇ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਅਵੇਅਰਨੈਸ ਵਾਸਤੇ ਕਦਮ ਚੁੱਕੇ ਜਾ ਰਹੇ ਨੇ, ਲੇਕਿਨ ਜੇਕਰ ਕੋਈ ਵਾਇਲੇਸ਼ਨ ਕਰਦਾ ਹੈ ਔਰ ਉਹਦਾ ਡਰਾਈਵਿੰਗ ਲਾਇਸੈਂਸ ਕੈਂਸਲ ਹੁੰਦਾ ਹੈ ਤਾਂ ਉਹਦੇ ਵਾਸਤੇ ਵੀ ਹੁਣ ਇਗਜ਼ਾਮ ਦੇਣੇ ਹੋਵੇਗੇ। ਜੀ ਹਾਂ, ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਲਗਾਤਾਰ ਇਸ ਤਰ੍ਹਾਂ ਦੇ ਜਿਹੜਾ ਵੀ ਵਾਇਲੇਸ਼ਨ ਕਰਦਾ ਹੈ, ਕਿਸੇ ਦਾ ਓਵਰ ਸਪੀਡ ਦਾ ਜਾਂ ਕਿਸੇ ਦਾ ਹੈਲਮੈਟ ਦਾ ਚਲਾਨ ਹੋਇਆ, ਉਹਦੇ ਹੁਣ ਜੇਕਰ ਲਾਇਸੈਂਸ ਕੈਂਸਲ ਹੁੰਦਾ ਉਹਦਾ ਇਗਜ਼ਾਮ ਹੋਏਗਾ, 30 ਨੰਬਰ ਦਾ ਪੇਪਰ ਹੋਏਗਾ, ਜੇਕਰ 24 ਨੰਬਰ ਆਉਂਦੇ ਉਹਦੇ 'ਚ ਤਾਂ ਹੀ ਉਹ ਕਲੀਅਰੈਂਸ ਉਹਨੂੰ ਮਿਲੇਗੀ, ਅਦਰਵਾਈਜ਼ ਉਹਦਾ ਲਾਇਸੈਂਸ ਜਿਹੜਾ ਹੈ ਉਹ ਕੈਂਸਲ ਹੀ ਰਹਿਣ ਵਾਲਾ ਹੈ। ਹਾਲਾਂਕਿ ਇਹਦੇ ਵਾਸਤੇ ਕਲਾਸਿਸ ਵੀ ਲਾਣੀ ਪਏਗੀ, ਜਿਹੜੇ ਵੀ ਵਾਇਲੇਟਰਸ ਨੇ ਉਹਨਾਂ ਦੀ ਕਲਾਸਿਸ ਵੀ ਜਿਹੜੀ ਹੈ ਉਹ ਲੱਗ ਰਹੀ ਹੈ, ਅਤੇ ਇਹ ਕਲਾਸਿਸ ਲਗਾਉਣ ਦਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਜੇ ਕੋਈ ਵਾਇਲੇਸ਼ਨ ਕਰ ਰਿਹਾ ਹੈਲਮੈਟ ਦਾ ਜਾਂ ਫਿਰ ਓਵਰ ਸਪੀਡ ਜਾਂ ਫੋਨ 'ਤੇ ਗੱਲ ਕਰ ਰਿਹਾ ਜਾਂ ਫਿਰ ਡੇਂਜਰਸ ਡਰਾਈਵਿੰਗ ਕਰ ਰਿਹਾ, ਉਹਦੇ ਵਾਸਤੇ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਹਨਾਂ ਦੀ ਕਲਾਸ ਲੈ ਰਹੀ ਹੈ। ਦੇਖੋ ਹੁਣ ਇਹ ਜਿਹੜੀ ਸਕੂਲਾਂ 'ਚ ਕਲਾਸ ਲੱਗਦੀ ਹੈ, ਇਗਜ਼ਾਮ ਹੁੰਦੇ ਹੈ, ਸੇਮ ਉਸੇ ਤਰ੍ਹਾਂ ਚੰਡੀਗੜ੍ਹ ਟ੍ਰੈਫਿਕ ਲਾਈਨ ਦੇ ਵਿੱਚ ਇਹਨਾਂ ਦੀ ਕਲਾਸਿਸ ਲੱਗ ਰਹੀ ਹੈ, ਵਿਦਾਊਟ ਹੈਲਮੈਟ ਦੇ ਜਿਹੜੇ ਇੱਥੇ ਬੈਠੇ ਨੇ ਜਾਂ ਫਿਰ ਡੇਂਜਰਸ ਡਰਾਈਵਿੰਗ ਦੇ ਇੱਥੇ ਵਾਇਲੇਟਰਸ ਬੈਠੇ ਨੇ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋਏ ਨੇ, ਉਹਨਾਂ ਦੇ ਜਿਹੜੀ ਹੈਗੀ ਕਲਾਸਿਸ ਲੱਗ ਰਹੀ ਹੈ। ਕਲਾਸਿਸ ਲਾਉਣ ਤੋਂ ਬਾਅਦ ਉਹਨਾਂ ਨੂੰ ਇਗਜ਼ਾਮ ਦੇਣਾ ਹੋਵੇਗਾ ਔਰ ਇਗਜ਼ਾਮ ਦਾ ਇੱਕ ਪੂਰਾ ਜਿਹੜੇ ਇੱਕ ਪੂਰਾ ਇੱਕ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਾਰੇ ਟ੍ਰੈਫਿਕ ਲਾਈਨ ਤੋਂ ਜੁੜੇ ਟ੍ਰੈਫਿਕ ਤੋਂ ਜੁੜੇ ਹੈਲਮਟਸ ਜੇ ਕੋਈ ਨਹੀਂ ਪਾਉਂਦਾ ਜਾਂ ਕਿਸ ਤਰ੍ਹਾਂ ਦੇ ਐਕਸੀਡੈਂਟਸ ਹੁੰਦੇ ਆ, ਕਿਸ ਤਰ੍ਹਾਂ ਦੇ ਖਦਸ਼ਾ ਹੋ ਸਕਦਾ, ਇਹ ਸਾਰੀ ਚੀਜ਼ਾਂ ਨੂੰ ਇਹਨਾਂ ਨੂੰ ਦੱਸਿਆ ਜਾਂਦਾ ਔਰ ਜੇਕਰ ਕੋਈ ਕਲੀਅਰ ਕਰਦਾ ਉਹਨਾਂ ਨੂੰ ਫਿਰ ਕਲੀਅਰੈਂਸ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਦਿੱਤਾ ਜਾਂਦਾ। ਅਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਕੁਐਸਚਨ ਪੇਪਰ ਹੈ, ਜਿਹੜੇ ਪੁਲਿਸ ਆਫਿਸਰ ਦੱਸ ਰਹੇ ਨੇ ਕਿ ਇਹ ਪੂਰਾ ਕੁਐਸਚਨ ਪੇਪਰ ਹੈ ਜੋ ਕਿ ਇਹਨਾਂ ਨੂੰ ਪੂਰਾ ਪ੍ਰਪੇਅਰ ਕਰਕੇ ਇਹਨਾਂ ਨੂੰ ਦੱਸ ਕੇ ਫਿਰ ਇਗਜ਼ਾਮ ਦੇਣਾ ਹੋਵੇਗਾ ਔਰ ਇਗਜ਼ਾਮ ਦੇਣ ਤੋਂ ਬਾਅਦ ਇਹਨਾਂ ਨੂੰ ਇਹ ਨਾ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਕਲੀਅਰ ਨਹੀਂ ਕਰਦਾ ਤਾਂ ਇਹ ਨਹੀਂ ਹੁੰਦਾ। ਇਹ ਤਸਵੀਰਾਂ ਨੇ ਸਾਰੀ ਚੀਜ਼ਾਂ ਦੱਸੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਪੇਪਰ ਆਉਣ ਵਾਲਾ ਹੈ, ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਇੱਕ ਇੱਕ ਪੁਆਇੰਟ ਦੱਸਿਆ ਜਾਏਗਾ ਕਿਉਂਕਿ ਬਹੁਤ ਜ਼ਰੂਰੀ ਹੈ। ਚੀਜ਼ਾਂ ਨੂੰ ਲੈ ਕੇ ਭੁਪਿੰਦਰ ਸਿੰਘ ਨਾਲ ਗੱਲ ਵੀ ਕਰ ਲੈਂਦੇ ਹਾਂ। ਸਰ, 2 ਮਿੰਟ ਲੈਵਾਂਗੇ ਤੁਹਾਡੇ, ਕਿਉਂਕਿ ਵਾਇਲੇਸ਼ਨ ਨੂੰ ਲੈ ਕੇ ਜਿਹੜੇ ਚਲਾਨ ਹੁੰਦੇ ਨੇ, ਕੈਂਸਲ ਹੁੰਦੇ ਲਾਇਸੈਂਸ, ਉਹਨਾਂ ਦੇ ਵਾਸਤੇ ਹੁਣ ਕਲਾਸਿਸ ਲੱਗ ਰਹੀਆਂ? ਪਹਿਲਾਂ ਤਾਂ ਸੁਣਦੇ ਸੀ ਕਿ ਸਕੂਲਾਂ ਕਾਲਜਾਂ 'ਚ ਕਲਾਸਿਸ ਲੱਗਦੀ ਸੀ, ਹੁਣ ਇਹ ਵੀ ਕਲਾਸਿਸ ਲਾ ਰਹੇ ਹੋ? ਹਾਂਜੀ ਬਿਲਕੁਲ, ਕੁਛ ਜਿਹੜੇ ਹੈਗੇ ਆ ਵਾਇਲੇਸ਼ਨ ਆ ਕਿ ਹੈਲਮਟ ਆ ਜਿੱਦਾਂ, ਚਾਹੇ ਪਿੱਛੇ ਵਾਲੇ ਨੇ ਪਾਇਆ ਚਾਹੇ ਅੱਗੇ ਵਾਲੇ ਨੇ, ਨੰਬਰ 2 ਓਵਰ ਸਪੀਡ ਆ, ਮੋਬਾਇਲ ਆ, ਅਤੇ ਇਹ ਆਪਣਾ ਡਰਿੰਕਿੰਗ ਆ, ਰੋਂਗ ਸਾਈਡ ਡਰਾਈਵਿੰਗ ਆ, ਮੋਬਾਇਲ ਆ, ਇਹਨਾਂ ਵਿੱਚ ਲਾਇਸੈਂਸ ਸਸਪੈਂਡ ਹੁੰਦਾ ਹੈ। ਜੁਰਮਾਨਾ ਲੈ ਕੇ ਆਪਾਂ ਉਹਨਾਂ ਨੂੰ ਫਿਰ ਇੱਕ ਲਾਲ ਪੇਪਰ ਦੇ ਦਿੰਦੇ ਹਾਂ ਚਿੱਟਾ, ਇਹਨਾਂ ਦਾ 7/11/23 ਨੂੰ ਜਿੱਦਾਂ ਹੋਇਆ ਸੀ, 3 ਮਹੀਨੇ ਇਹਨਾਂ ਨੇ ਡਰਾਈਵਿੰਗ ਨਹੀਂ ਕਰਨੀ, ਇਹਨਾਂ ਦਾ ਲਾਇਸੈਂਸ ਸਸਪੈਂਡ ਰਹੇਗਾ, ਡਰਾਈਵਿੰਗ ਨਹੀਂ ਕਰ ਸਕਦੇ। ਅਗਰ ਕਰਨਗੇ ਆਪਣੇ ਰਿਸਕ 'ਤੇ ਕਰਨਗੇ, ਜੇਕਰ ਫੜੇਗਾ ਤਾਂ ਫਿਰ ਡਬਲ ਜੁਰਮਾਨਾ ਇਹਨਾਂ ਨੂੰ ਹੋਏਗਾ ਔਰ ਪਾਊਂਡ ਵੀ ਹੋਏਗਾ ਔਰ ਹੋਰ ਵੀ ਸਜ਼ਾ ਮਿਲੇਗੀ। ਔਰ ਇਸ ਤੋਂ ਬਾਅਦ 3 ਮਹੀਨੇ ਬਾਅਦ ਸਾਡੇ ਕੋਲ ਕਲਾਸ ਲੱਗੇਗੀ, ਕਲਾਸ ਦੇ ਵਿੱਚ ਇਹਨਾਂ ਨੂੰ ਆਪਾਂ ਰੋਡ ਸੈਨ ਵਗੈਰਾ ਜਾਂ ਕੁਛ ਐਕਸੀਡੈਂਟ ਦੀਆਂ ਆਪਣਾ ਦਿਖਾਉਂਦੇ ਹਾਂ ਪਿਕਚਰਾਂ, ਔਰ ਉਹਦੇ ਵਿੱਚ ਇਹਨਾਂ ਨੂੰ ਦੱਸਿਆ ਜਾਏਗਾ ਕਿ ਇਹਨਾਂ ਚੀਜ਼ਾਂ ਕਰਕੇ ਐਕਸੀਡੈਂਟ ਹੁੰਦੇ ਆ, ਇਹਨਾਂ ਚੀਜ਼ਾਂ ਕਰਕੇ ਜਿਹੜਾ ਵਾ ਆਪਾਂ ਚਲਾਉਣ ਤੋਂ ਬਚ ਵੀ ਸਕਦੇ ਹਾਂ, ਕਿਉਂਕਿ ਆਪਾਂ ਹੈਲਮਟ ਪਾਵਾਂਗੇ ਤਾਂ 4 ਸਾਲ ਤੋਂ ਸ਼ੁਰੂ ਹੁੰਦਾ ਹੈ। ਕੁਛ ਲੈ 12 ਸਾਲ ਦੇ ਬੱਚੇ ਜਿਹੜੇ ਆ ਉਹ ਕਹਿੰਦੇ ਨਹੀਂ ਸਾਨੂੰ ਹੈਲਮਟ ਅਲਾਊਡ ਨਹੀਂ ਆ, ਨਹੀਂ 4 ਸਾਲ ਤੋਂ ਸ਼ੁਰੂ ਹੁੰਦਾ ਹੈਲਮਟ, ਔਰ ਹੈਲਮਟ ਜਿਹੜਾ ISI ਮਾਰਕਾ ਪਾਉਣਾ ਚਾਹੀਦਾ। ਕੁਛ ਲੋਕ ਇਹ ਜਿਹੜਾ ਪਟਾ ਆ ਇਹ ਨਹੀਂ ਬੰਨਦੇ, ਇਹ ਜਿਹੜਾ ਇਹ ਕੱਸ ਕੇ ਬੰਨਿਆ ਹੋਏਗਾ ਤਾਂ ਹੀ ਸਾਡੀ ਜਾਨ ਬਚੇਗੀ। ਕੀ ਹੁੰਦਾ ਕਿ ਕਈ ਇੱਦਾਂ ਖੁੱਲ੍ਹਾ ਛੱਡ ਦਿੰਦੇ ਆ,
ਮਤਲਬ ਕੀ ਆ, ਨੋ ਪਾਰਕਿੰਗ ਗੱਡੀ ਕਿੱਥੇ ਨੀ ਖੜੀ ਕਰਨੀ, ਅਗਰ ਜਿੱਦਾਂ 60 ਦੀ ਸਪੀਡ ਹੈ ਤੇ ਤੁਸੀਂ 60 ਤੋਂ ਉੱਪਰ ਨਹੀਂ ਚਲਾਉਣਾ, ਅਗਰ ਚਲਾਓਗੇ ਤੇ ਸਾਡੇ ਆਟੋਮੈਟਿਕ ਕੈਮਰੇ ਉਹ ਵੀ ਚਲਾਨ ਕਰਦੇ ਆ। ਠੀਕ ਹੈ, ਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਬਿਲਕੁਲ ਸਾਰੀਆਂ ਚੀਜ਼ਾਂ ਜਿਹੜੇ ਕੁਐਸਚਨਸ ਨੇ ਇਹ ਇੱਕ ਵਾਰੀ ਦਿਖਾ ਦੋਗੇ, ਇਹ ਕੁਐਸਚਨਸ ਨੇ ਕਿੰਨੇ ਕੁਐਸਚਨ ਹੁੰਦੇ ਸਰ ਟੋਟਲ? 30 ਕੁਐਸਚਨ ਹੈ ਜੀ। 30 ਕੁਐਸਚਨ ਯਾਨੀ ਕਿ 30 ਨੰਬਰ ਦੇ? ਹਾਂ, 30 ਨੰਬਰ ਦਾ ਹੈ ਔਰ 24 ਨੰਬਰ ਲੈਣੇ ਹੋਣਗੇ ਇੱਥੋਂ। 24 ਨੰਬਰ ਵਾਲਾ ਪਾਸ ਹੋਏਗਾ, ਅਗਰ 1 ਨੰਬਰ ਘੱਟ ਰਹਿ ਗਿਆ ਤਾਂ ਫਿਰ ਦੁਬਾਰਾ ਤੋਂ ਪੇਪਰ ਹੋਏਗਾ। ਤੇ ਇਹ ਕਿਸ ਤਰ੍ਹਾਂ, ਇਹ ਟਿਕ ਮਾਰਕ ਵਾਲੇ ਕੁਐਸਚਨਸ? ਹਾਂ, ਇਹ ਜਿੱਥੇ ਮਤਲਬ ਆਪਾਂ ਕੌਣ ਬਣੇਗਾ ਕਰੋੜਪਤੀ ਦੇਖਦੇ ਆ ਨਾ, ਤੇ ਉਹਦੇ ਵਿੱਚ ਇੱਕ ਕੁਐਸਚਨ ਦੇ 4 ਆਨਸਰ ਆ ਤੇ 4 ਦੇ ਵਿੱਚੋਂ 1 ਤੇ ਟਿਕ ਕਰਨਾ ਵਾ। ਜਿਸ ਤਰ੍ਹਾਂ ਇਹ ਦੇਖੋ, ਇਹ ਰਸਤਾ ਯਾਨੀ ਕਿ ਰੋਡ ਸਾਈਨ ਹੈ। ਇਹ ਵੀ ਤੁਹਾਨੂੰ ਦਿਖਾ ਦਈਏ ਕਿ ਇਸ ਤਰ੍ਹਾਂ ਦਾ ਕੁਐਸਚਨ ਪੇਪਰ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ। ਇਹ ਕੋਈ ਵੀ ਜਿਹੜਾ ਹੈਗਾ ਸਾਈਨ ਦਿੱਤਾ ਹੋਇਆ ਉਹਦੇ ਬਾਰੇ 4 ਆਪਸ਼ਨਸ ਤੁਹਾਨੂੰ ਦਿੱਤੇ ਹੋਏ ਨੇ। ਇਹ ਸਪੋਜ਼ ਕਰੋ, ਇੱਕ ਐਗਜ਼ਾਮਪਲ ਦੇ ਦਿੰਦੇ ਸਰ, ਇੱਕ ਅੱਗੇ ਇੰਟਰਨੈਸ਼ਨਲ ਚੌਰਾਹਾ ਹੈ, ਇਹਦਾ ਮਤਲਬ ਕੀ ਹੈ? ਵਟ ਡਸ ਦਿਸ ਰੋਡ ਸਾਈਨ ਮੀਨ, ਯਾਨੀ ਕਿ ਇਸ ਰੋਡ ਸਾਈਨ ਦਾ ਮਤਲਬ ਕੀ ਹੈ? ਯਾਨੀ ਕਿ 4 ਆਪਸ਼ਨ ਨੇ, ਅੱਗੇ ਇੰਟਰਨੈਸ਼ਨਲ ਚੌਰਾਹਾ ਹੈ, ਅੱਗੇ ਗੋਲ ਚੌਕ ਹੈ, ਅੱਗੇ ਚੌਰਾ, ਇਹ ਰਾਹ ਚ ਹੈ, ਵਨ ਵੇ ਸਿੱਧਾ ਸਰ, ਇਹ 4 ਆਪਸ਼ਨ ਨੇ। ਵਨ ਵੇ ਆ, ਠੀਕ ਹੈ, ਵਨ ਵੇ, ਫਿਰ ਵਨ ਵੇ ਆ, ਅੱਛਾ ਇਹਦਾ ਆਨਸਰ ਵਨ ਵੇ ਹੈ, ਠੀਕ ਹੈ। ਇਹ ਸਾਰੀ ਚੀਜ਼ਾਂ ਤੁਸੀਂ ਦੱਸ ਦਿਓ ਇਹਨਾਂ ਨੂੰ ਕਿ ਪੂਰਾ ਸਾਰਾ ਰੋਡ ਸਾਈਨ ਸਮਝਾਉਂਦੇ ਸਾਰੇ ਨਾ। ਅੱਛਾ, ਇਹਨੂੰ ਦੇ ਵੀ ਰੱਖੇ, ਇਹਨਾਂ ਨੇ ਯਾਦ ਵੀ ਕਰ ਲਿਆ ਹੁਣ, ਠੀਕ ਹੈ, ਤੇ ਕੁਛ ਇੱਥੇ ਵੀ ਆਪਾਂ ਸਮਝਾਉਂਦੇ ਹਾਂ, ਕਲਾਸ ਲਾਉਂਦੇ ਜਦੋਂ, ਠੀਕ ਹੈ, ਜੇਕਰ ਇਹਦੇ 'ਚ ਪਾਸ ਹੋ ਗਈ ਉਸ ਤੋਂ ਬਾਅਦ ਦਾ ਪ੍ਰੋਸੀਜਰ ਕੀ ਹੈ? ਉਹਦਾ ਬਾਅਦ ਸਰਟੀਫਿਕੇਟ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਹੁਣ ਪੂਰਾ ਇੱਕ ਪ੍ਰੋਟੋਕਾਲ ਦੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਜਿਹੜੀ ਹੈ ਕੋਸ਼ਿਸ਼ ਕਰਦੀ ਹੈ ਇਹ ਸਾਈਨ। ਹਾਂ, ਇੱਕ ਇਹਨਾਂ ਦਾ ਸਰਟੀਫਿਕੇਟ ਬਣੇਗਾ, ਨਾਮ ਲਿਖਿਆ ਜਾਏਗਾ ਇਹਨਾਂ ਦਾ, ਫਾਦਰ ਨੇਮ ਔਰ ਇਹਨਾਂ ਦਾ ਐਡਰੈਸ ਵਗੈਰਾ ਔਰ ਇਹਨਾਂ ਦਾ ਖਾਸ ਕਰਕੇ ਜਿਹੜਾ ਲਾਇਸੈਂਸ ਨੰਬਰ ਆ ਉਹ ਲਿਖਿਆ ਜਾਏਗਾ। ਲਾਇਸੈਂਸ ਨੰਬਰ ਤੋਂ ਬਾਅਦ ਫਿਰ ਇਹਨਾਂ ਨੂੰ ਉੱਥੇ ਜਾ ਕੇ ਆਪਣੇ DSP ਸਾਹਿਬ ਦੇ ਇੱਥੇ ਸਿਗਨੇਚਰ ਹੋਣਗੇ ਤੇ ਉਹ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ। ਫਿਰ RLA ਆਫਿਸ ਜਾ ਕੇ ਇਹ ਆਪਣਾ ਲਾਇਸੈਂਸ ਲੈ ਸਕਦੇ। ਯਾਨੀ ਕਿ ਇਸ ਤੋਂ ਇਲਾਵਾ ਜੇਕਰ ਇਹ ਸਰਟੀਫਿਕੇਟ ਨਹੀਂ ਮਿਲਦਾ, ਲਾਇਸੈਂਸ ਨਹੀਂ ਮਿਲਦਾ? ਨਹੀਂ, ਲਾਇਸੈਂਸ ਨਹੀਂ ਮਿਲੇਗਾ, ਉਹ ਦਿੰਦੇ ਨਹੀਂ। ਅੱਛਾ, ਤੇ ਤੁਸੀਂ ਕਲਾਸਾਂ ਲੈਂਦੇ ਹੋ, ਸਾਰੀ ਚੀਜ਼ਾਂ ਸਮਝਾਉਂਦੇ ਹੋ? ਬਿਲਕੁਲ, ਇਹ ਤੋਂ ਜੱਡ ਸਾਰੀਆਂ ਕਲਾਸਾਂ। ਚਲਾਨ ਤਾਂ ਸਰ ਬਹੁਤ ਹੋ ਰਹੇ ਹਨ, ਕਿੰਨੀ ਕਲਾਸਾਂ ਤੁਸੀਂ ਡੇਲੀ ਰੂਟੀਨ ਵਾਈਜ਼ ਲੈਂਦੇ ਹੋ ਕਲਾਸਿਸ? ਇਹ ਪਹਿਲਾਂ ਤਾਂ ਬਹੁਤ ਹੁੰਦੇ ਸੀਗੇ ਲਾਇਸੈਂਸ ਕੈਂਸਲ ਵਾਲੇ, ਤਾਂ ਹੁਣ ਲਾਇਸੈਂਸ ਮਤਲਬ ਬਹੁਤ ਜ਼ਿਆਦਾ ਫਰਕ ਪੈ ਗਿਆ ਲੋਕਾਂ ਨੂੰ ਅਵੇਅਰ ਹੋ ਗਿਆ। ਹੁਣ ਅੱਜ ਮਤਲਬ ਥੋੜ੍ਹੇ 11 ਕੁ ਜਾਣੇ, ਪਹਿਲਾਂ ਤਾਂ 25-25 30 ਬੰਦੇ ਡੇਲੀ ਹੁੰਦੇ ਸੀਗੇ। ਅੱਛਾ, ਤੇ ਹੁਣ ਤਾਂ ਬਹੁਤ ਮਤਲਬ ਫਰਕ ਪੈ ਗਿਆ, ਕਿਉਂਕਿ ਲਾਇਸੈਂਸ ਕੈਂਸਲ ਦਾ ਡਰ ਜ਼ਿਆਦਾ ਲੋਕਾਂ 'ਚ, ਕੁਛ ਕੈਮਰਿਆਂ ਤੋਂ ਬਹੁਤ ਡਰਦੇ ਆ, ਕਿਉਂ ਕੈਮਰੇ ਚਲਾਨ ਕਰਦੇ ਸਾਰੇ ਆਨਲਾਈਨ ਚਲਾਉਣ ਵਾਲੇ ਆ। ਅੱਛਾ, ਇਹ ਸਾਰੇ ਆਨਲਾਈਨ ਚਲਾਨ? ਹਾਂਜੀ ਹਾਂਜੀ। ਤੁਹਾਡਾ ਕਿਸ ਚੀਜ਼ ਦਾ ਚਲਾਨ ਹੋਇਆ ਸੀ? ਮੇਰਾ ਵਿਦਆਊਟ ਹੈਲਮਟ ਦਾ ਜੀ। ਵਿਦਆਊਟ ਹੈਲਮਟ ਕਾਹ ਹੋਇਆ ਤਾ? ਮੈਨੂੰ ਤਾਂ ਨਹੀਂ ਪਤਾ ਜੀ ਮੇਰੇ ਕੋ। ਅੱਛਾ, 3 ਮਹੀਨੇ ਪਹਿਲੇ ਹੋਗਾ ਤਾ? 3 ਮਹੀਨੇ ਪਹਿਲੇ ਉਹ ਲਾਇਸੈਂਸ ਕੈਂਸਲ ਹੋ ਗਿਆ, ਸਸਪੈਂਡ ਹੋ ਗਿਆ ਆਪਕਾ? ਹਾਂਜੀ। ਤੋ ਅਬ ਸਿੱਖ ਰਹੇ ਹੋ ਕੁਛ? ਹਾਂਜੀ, ਅਬ ਤੋ ਸਿੱਖ ਗਏ ਸਭ ਕੁਛ। ਅਬ ਤੋ ਨਹੀਂ ਆਗੇ ਸੇ ਹੋਗਾ? ਨਹੀਂ ਨਹੀਂ ਜੀ, ਅਬ ਕਾ। ਚਲੋ, ਇੱਕ ਸਬਕ ਹੁੰਦਾ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਭੁਪਿੰਦਰ ਜੀ ਇਹ। ਹਾਲਾਂਕਿ ਇਹ ਚੀਜ਼ਾਂ ਜਿਹੜੀ ਹੈ ਇਹ ਕੁਐਸਚਨਸ ਜਿਹੜੇ ਹੈ ਉਹ ਦਿੱਤੇ ਜਾਂਦੇ ਨੇ ਔਰ ਇਹ ਜਿੰਨੇ ਵੀ ਲੋਕ ਬੈਠੇ, ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਦੁਬਾਰਾ ਤੋਂ ਇਹ ਚੀਜ਼ਾਂ ਨਾ ਹੋਣ। ਇਹੀ ਇਹੀ ਕੋਸ਼ਿਸ਼ ਤਾਂ ਇਹੀ ਹੈ। ਹਾਂ ਬਿਲਕੁਲ, ਇੱਕ ਇਹਨਾਂ ਨੂੰ ਸਜ਼ਾ ਹੀ ਆ ਕਿ 3 ਮਹੀਨੇ ਇੱਕ ਤਾਂ ਗੱਡੀ ਚਲਾਉਣਗੇ, ਫਿਰ ਇੱਕ ਅੱਜ ਸਵੇਰ ਤੋਂ ਆ ਕੇ 5 ਵਜੇ ਤੱਕ ਕਲਾਸ ਲਾਉਣਗੇ, ਇੱਥੇ ਰਹਿਣਗੇ। ਇਹ ਵੀ ਸਜ਼ਾ, ਹਾਜ਼ਰੀ ਇਹ ਵੀ ਇੱਕ ਸਜ਼ਾ ਇਹਨਾਂ ਨੂੰ, ਤੇ ਕਿਉਂਕਿ ਪੈਸੇ ਨੂੰ ਕੁਝ ਨਹੀਂ ਸਮਝਦੇ ਵੀ ਪੈਸਾ ਭਰ ਰੱਖੇ, ਤੇ ਅਬ ਇਹ ਸਜ਼ਾ ਇਹ ਦੁਬਾਰਾ ਗਲਤੀ ਨਹੀਂ ਕਰਨ ਦਿੰਦੀ ਇਹਨਾਂ ਨੂੰ। ਹਾਂਜੀ ਜੀ, ਬਾਈ ਚਾਂਸ ਇਹਦੇ 'ਚ ਐਗਜ਼ਾਮ 'ਚ ਕਲੀਅਰ ਨਹੀਂ ਹੁੰਦੇ, ਕਿੰਨੀ ਵਾਰੀ ਦੀ ਆਪਸ਼ਨ ਹੈ ਕਿ ਤੁਸੀਂ ਕਿੰਨੀ ਵਾਰੀ ਐਗਜ਼ਾਮ ਦੇ? ਨਹੀਂ, ਦੁਬਾਰਾ ਫਿਰ ਪੇਪਰ ਹੋਏਗਾ, ਦੁਬਾਰਾ ਨਾ ਹੋਏਗਾ? ਨਹੀਂ, ਫਿਰ ਦੁਬਾਰਾ ਹੋਏਗਾ, ਦੁਬਾਰਾ ਹੋਏਗਾ। ਤੁਸੀਂ ਮਤਲਬ ਬਾਰ ਬਾਰ ਨਹੀਂ ਨਹੀਂ ਅਸੀਂ ਸਮਝਾਉਂਦੇ ਇਸ ਤਰੀਕੇ ਨਾਲ, ਵੈਸੇ ਹੋ ਜਾਂਦੇ ਪਾਸ, ਸਮਝ ਜਾਂਦੇ ਆ ਕਿਉਂਕਿ ਸਿਆਣੇ ਆ ਬੰਦੇ। ਤੇ ਬਿਲਕੁਲ, ਜਿੱਦਾਂ ਭੁਪਿੰਦਰ ਜੀ ਨੇ ਦੱਸਿਆ ਔਰ ਕੋਸ਼ਿਸ਼ ਇਹੀ ਹੈ ਕਿ ਜਿੰਨੇ ਵੀ ਸਰ, ਕਿਸ ਚੀਜ਼ ਦਾ ਹੋਇਆ ਥਾ ਆਪਕਾ ਚਲਾਨ? ਇਹ ਮੇਰੇ ਬੇਟੇ ਨੇ ਕਰਵਾਇਆ ਥਾ, ਬਿਨਾ ਹੈਲਮੈਟ ਕਾ। ਬਿਨਾ ਹੈਲਮੈਟ ਕਾ? ਅਬ ਕੁਛ
अब मैं बेटे को देते नहीं है, अब नहीं देते क्योंकि बहुत जरूरी है, बंद कर दिया बिल्कुल, बहुत जरूरी, ठीक है, बहुत जरूरी है। सर किस चीज का हुआ था आपका? सर हेलमेट था, बेटी मेरी बेटी को, मैं बेटी पीछे बैठी, मैं तो हेलमेट लगा रखा था, लेकिन उसको बुखार था, 101 बुखार था, मैंने ध्यान नहीं किया, मुझे तो याद था लेकिन उसको डॉक्टर के पास ले जाना था, इसलिए हो गया जी। चलो अब आगे के लिए, कभी नहीं होगा, मेरा पहला चलाना है ये, पहला चलाना है, चलो ये आज से कभी नहीं हुआ। सर आपका क्या? सर मेरा बिना हेलमेट के चलाना है, बिना आपका, हाँ जी, अब कुछ अब आगे के लिए ऐसी गलती कभी नहीं होगी, ऑनलाइन सारे कैमरे हैं, चीजें हैं, अब ऐसी गलती नहीं होगी। तो बिल्कुल, क्योंकि लोग भी समझदार ने, हुन मैं लगता है कि काफी अवेयरनेस आ गई है, ऑनलाइन जेड़े चलान आ रहे हैं, ये चीज़ा जी शुरुआत की है लोगों अवेयरनेस जी है वो लाने वास्ते ट्रैफिक पुलिस। हाँ बिल्कुल, ये जो चलान होंगे सके तो फिर साढ़े प्रशासन ने साढ़े अफसर ने एक ये मतलब रूल पास करता कि इन्होंने 3 महीने बाद एक पेपर लो कि इन्हों रिफ्रैस करो, थोड़ा रूल वगैरह दसो, तो उस तो बाद इन्हों का पेपर लैके फिर ही दो इन्हों कि इन्होंने थोड़ा याद रहेगा कि अगे तो गलती नहीं करनी। ठीक है, ठीक है। तो बिल्कुल जिदा हूँ यही चंडीगढ़ ट्रैफिक पुलिस का मकसद यही है कि लोगों क्योंकि एग्जाम लेना या फिर क्लासेस लवाना, मकसद यही है कि दोबारा तो किस तरह का कोई वायोलेशन ना कर सके, क्योंकि लाइसेंस जेकर सस्पेंड हो गया तो 3 महीने गड्डी भी नहीं चला सकती, जेकर तुसी चलांदे हो तो अपने रिश्ते चलांदे हो, जेकर फड़े गए तो फिर तुहानू दोबारा तो डबल जिहड़ा हरजाना हो सकता या फिर मामला भी दर्ज हो सकता है। ये सारी चीज़ों नू लैके कोशिश यही रहिंदी है कि अवेयरनेस है वो जरूर है। हालांकि पिछले दिन असीं देखिया कि जिहड़े भी कैमरे हाईटेक कैमरे लगे हुए हैं चंडीगढ़ के स्मार्ट सिटी के अंडर, उसके विच हुण किते ना किते लोगों च अवेयरनेस बहुत आई है, लेकिन जिहड़े भी विदाउट हैलमेट चल रहे हैं, डेंजर ड्राइव हुण भी चल रहे हैं, उन्हां दा लाइसेंस सस्पेंड जिहड़ा किया जाता है और इस तरह का प्रोसीजर पूरा फॉलो करन तो बाद ही उन्हां नूं लाइसेंस जिहड़ा है वह वापस मिलता है।